ਯਾਰ ਐਵੇਂ ਪੁੱਠੀਆਂ ਗੱਲਾਂ, ਮੇਰੀ ਬੀਵੀ ਆ ਰਹੀ ਯਾਰ, ਜਰਾ ਕਲੈਪ ਕਰੀ ਜਾਨੂ। ਵਾਲਕਮ ਸਲਾਮ ਜਾਨੂ। ਕੈਸੀ ਹੋ? ਮੈਂ ਬਿਲਕੁਲ ਠੀਕ ਠਾਕ। ਸ਼ਾਦੀ ਹੋ ਗਈ ਹਮਾਰੀ? ਹਾਂਜੀ। ਆਜ ਹਮਾਰੀ ਸੁਹਾਗ ਰਾਤ ਹੈ। ਹਾਂਜੀ। ਬਸ ਦੁਆ ਕਰ ਰਾਤ ਸਾਡੀ ਲੰਮੀ ਹੋ ਜਾਏ। ਕਿਉਂ? ਕਿਉਂਕਿ ਮੈਂ ਸਪਰੇਅ ਕਰ ਬੈਠਾ। ਲੇਕਿਨ ਜਿੰਨਾ ਤੂੰ ਪਿਆਰ ਕਰ ਰਹੀ ਹੁਣ ਤੇਰੀ ਸਿਹਤ ਨੀ ਹੈਗੀ, ਮੇਰਾ ਪਤਾ ਨਹੀਂ ਹੋਵੇ ਤਦਲੀ ਪਾ ਜਾਏ। ਮਰੀ ਸ਼ਾਦੀ ਕੀਤੀ ਭਾਜੀ ਅਸੀਂ ਦੋਵਾਂ ਨੇ, ਉਹ ਤੇ ਅਸੀਂ ਇੱਕ ਰਾਤ ਵਾਸਤੇ ਇਕੱਠੇ ਹੋਏ ਸਾਂ, ਸਾਡੇ ਦਿਲ ਮਿਲ ਗਏ, ਸਵੇਰੇ ਅਸੀਂ ਵਿਆਹ ਕਰ ਲਿਆ। ਹਾਂਜੀ ਜਾਨੂ, ਇਹ ਮੇਰਾ ਘਰ ਹੈ। ਇਹ ਤੁਹਾਡਾ ਘਰ ਹੈ? ਹਾਂਜੀ। ਬਿਲਕੁਲ ਠੀਕ। ਖੋਆ ਪਿਆ ਸਾਨੂੰ? ਨੌਕਰ ਕਿੱਧਰ ਗਿਆ? ਨੌਕਰ ਨੂੰ ਬੁਲਾਓ। ਮੁਲਾਜ਼ਮ ਯਾਰ, ਮੈਂ ਕੋਈ ਹੈ ਹੀ ਨਹੀਂ ਘਰ ਮੇਂ। ਜਾਨੂ ਕਮਰਾ ਕਿਹੜਾ ਖਾਲੀ ਹੈ? ਕਮਰੇ ਸਾਰੇ ਖਾਲੀ। ਆ ਜਾ ਫਿਰ ਆਪਣਾ ਕੰਮ ਜੋ। ਉਹ ਤੇਰੇ ਅੱਬਾ ਜੀ ਆਏ ਨਹੀਂ? ਇਹ ਕੌਣ ਹੈ? ਇਹ ਜਾਨੂ, ਇਹ ਕੌਣ ਹੈ ਜੀ? ਓਏ ਮੇਰੇ ਘਰ ਦੇ ਵਿੱਚ ਆ ਕੇ ਇਹ ਕੌਣ ਹੈ? ਕਿਸੇ ਕੁੱਤੇ ਦੇ ਪੁੱਤਰਾ ਨਿਕਾਹ ਦੇ ਉੱਤੇ ਨਿਕਾਹ ਕੀਤਾ ਹੀ? ਮੈਂ ਤੈਨੂੰ ਸੰਸਾਰ ਕਰਾ ਦਿਆਂਗਾ, ਜਿਹੜਾ 6000 ਰੁਪਇਆ ਲੈ ਕੇ ਤੈਨੂੰ ਮਰੀ ਲੈ ਕੇ ਗਿਆ, ਉਹਨੇ ਪੂਰੇ ਤੇ ਕੀਤੇ ਹੋਣੇ ਨੇ ਨਾ? ਜਿਹੜੇ ਉਹਨੇ 6000 ਪੂਰਾ ਕੀਤਾ, ਮੈਂ ਵੀ 50 ਲੱਖ ਰੁਪਇਆ ਪੂਰਾ ਕਰਾਂਗਾ। ਲਾਗੀ ਸਮਝ? ਜਦੋਂ ਤੱਕ 50 ਲੱਖ ਰੁਪਇਆ ਪੂਰਾ ਨਹੀਂ ਹੋਇਆ। ਤੇਰੀ ਬੀਵੀ ਹੈ? ਇਹ ਮੇਰੀ ਬੀਵੀ ਹੈ। ਤੇ ਮੇਰੀ ਵੀ ਬੀਵੀ ਹੈ ਯਾਰ, ਇੱਕ ਚੁੰਮੀ ਲੈਂਦੇ। ਚੁੰਮੀ 50 ਲੱਖ ਰੁਪਇਆ ਬੇਟਾ ਹੱਕ ਮੈਂ ਰਜਾ ਕਰਾਂ। 50 ਲੱਖ ਰੁਪਏ ਦੀ ਚੁੰਮੀ ਸਾਰੇ ਤੇਰੀ ਸੋਨੇ ਦੀ ਬੀਵੀ ਹੈ। ਅਗਰ 1.5 ਲੱਖ ਮਿਲਣ ਦੇ ਯਾਰ, ਮੇਰੇ ਨਾਲ ਤੂੰ ਲਾ ਕੇ ਦਿੰਦਾ। ਨਵੇਂ ਟੈਕਸ ਲੱਗੇ ਨੇ, ਰੇਟ ਵੱਧ ਗਏ ਨੇ। ਲੇਕਿਨ ਇਹ ਗੱਲ ਸਿਰਫ ਜਸਟ ਕਿਡਿੰਗ, ਮਜ਼ਾਕ ਹੋ ਰਿਹਾ ਸੀ। 50 ਲੱਖ ਰੁਪਇਆ ਤੁਸੀਂ ਨਹੀਂ ਦਿਓਗੇ, ਇਸ ਘਰ ਚੋਂ ਨਹੀਂ ਜਾਓਗੇ। ਜੇ ਇਸ ਘਰ ਚੋਂ ਜਾਓਗੇ ਤੇ ਮੈਂ 1.5 ਲੱਖ ਮੇਰੇ ਕੋਲ 50 ਲੱਖ ਹੈ ਨਹੀਂ ਸਾਲੇ, ਮੈਂ ਬੜਾ ਗਰੀਬ ਆ। ਮੇਰੇ ਮੁੱਲੇ 'ਚ ਹਾਲੇ ਵੀ ਸਭ ਤੋਂ ਮਹਿੰਗਾ ਫਰੂਟ ਬੇਰ ਏ। ਉਹ ਮੇਰੀਆਂ ਭੈਣਾਂ ਕੋਲ ਤਾਂ ਪਾਉਣ ਵਾਸਤੇ ਬਨਾਣਾ ਵੀ ਨਹੀਂ ਹੈਗੀਆਂ। ਕਿੰਨੂਆਂ ਦੀਆਂ ਛਿੱਲੜਾਂ ਨੂੰ ਡੋਰੀਆਂ ਪਾਈਆਂ। ਉਹ ਮੈਂ ਕਿੱਥੋਂ 50 ਲੱਖ ਦੇਣਾ ਤੈਨੂੰ? ਮਾਂ ਨੇ ਫਿਰ ਤੇਰੀ ਦੁਬਾਰਾ ਯੂਜ਼ ਕਰਦੀ ਹੈਗੀ।
ਇੱਥੇ ਨਹੀਂ ਚੱਲਣੀ ਆ ਫੀਨੇ। ਅੱਛਾ 50 ਲੱਖ ਰੁਪਿਆ ਨਹੀਂ ਦੇਗਾ ਤੇ ਜਦੋਂ ਤੱਕ 50 ਲੱਖ ਨਹੀਂ ਮੈਂ ਤੇਰਾ ਪੂਰਾ ਕਰਦਾ ਤੂੰ ਇਸੇ ਘਰ ਚ ਰਹੇਗਾ। ਚੱਲ ਅੰਦਰ ਯਾਰ ਵੈਰੀ ਗੁੱਡ ਡਾਰਲਿੰਗ ਵੈਰੀ ਗੁੱਡ। ਚੰਗਾ ਬੱਕਰਾ ਫਸਾ ਕੇ ਲਿਆਈਏ, 50 ਲੱਖ ਰੁਪਇਆ ਪੂਰਾ ਕਰਾਂਗੇ ਔਰ ਹਰ ਰੰਗ ਅੰਦਰ ਚਲੀਏ। ਵੈਰੀ ਗੁੱਡ, ਹੁਣ ਅਸੀਂ ਅਮੀਰ ਹੋ ਜਾਵਾਂਗੇ। ਸ਼ਾਬਾਸ਼। ਮੇਰੀ ਦੁਆ ਹੈ ਤੁਸੀਂ ਸਮੋ, ਤੁਹਾਡੇ ਖਾਬ ਵਿੱਚ ਕਤਰੀਨਾ ਕੈਫ ਆਵੇ ਯਕੀਨ। ਮਜ਼ੇ ਆ ਗਏ ਨੇ, ਤਾਰਕ ਪੰਪ ਪਰ ਪਰ ਫੂਕਾ ਪਾੜ ਦਿਆਂਗਾ ਟੂਪਾ। ਭੈਣ ਨਹੀਂ ਹੈ, ਤਿਸ ਜਿੱਦਾਂ ਮਾਈ ਹੱਥ ਟੋਕਾ।
ਯਾਰ ਐਵੇਂ ਪੁੱਠੀਆਂ ਗੱਲਾਂ, ਮੇਰੀ ਬੀਵੀ ਆ ਰਹੀ ਯਾਰ, ਜਰਾ ਕਲੈਪ ਕਰ ਦੇ। ਜਾਨੂ ਵਾਲੇਕੁਮ ਸਲਾਮ। ਜਾਨੂ ਜੀ, ਜਾਨੂ ਕੈਸੀ ਹੋ? ਮੈਂ ਬਿਲਕੁਲ ਠੀਕ ਠਾਕ। ਸ਼ਾਦੀ ਹੋ ਗਈ ਹਮਾਰੀ? ਹਾਂਜੀ। ਆਜ ਹਮਾਰੀ ਸੁਹਾਗ ਰਾਤ ਹੈ। ਹਾਂਜੀ। ਬਸ ਦੁਆ ਕਰ ਰਾਤ ਸਾਡੀ ਲੰਮੀ ਹੋ ਜਾਏ। ਕਿਉਂ? ਕਿਉਂਕਿ ਮੈਂ ਸਪਰੇਅ ਕਰ ਬੈਠਾ। ਜਾਨੂ ਆਪਕੋ ਪਤਾ ਹੀ ਨਹੀਂ ਮੈਂ ਆਪਸੇ ਕਿਤਨਾ ਪਿਆਰ ਕਰਤੀ ਹੂੰ। ਹੈਂ? ਆਪਕੋ ਪਤਾ ਹੀ ਨਹੀਂ ਕਿਤਨਾ ਪਿਆਰ ਕਰਤੀ ਹੂੰ ਮੈਂ ਆਪਸੇ। ਸ਼ਾਇਦ ਤੁਹਾਨੂੰ ਹੱਸ ਲੈਂਦੇ ਬਦਲ ਰਹੇ। ਅੱਛਾ ਜਾਨੂ ਆਪ ਬੋਲੋ। ਮੈਨੂੰ ਕਹਾ ਆਪਕੋ ਪਤਾ ਹੀ ਨਹੀਂ ਮੈਂ ਆਪਸੇ ਕਿਤਨਾ ਪਿਆਰ ਕਰਤੀ ਹੂੰ। ਲੇਕਿਨ ਜਿੱਦਾਂ ਤੂੰ ਪਿਆਰ ਕਰ ਰਹੀ ਹੋਣੀ, ਤੇਰੀ ਸਿਹਤ ਨਹੀਂ ਹੈਗੀ ਐਵੇਂ ਐਵੇਂ ਮੇਰਾ ਬਦਲ ਨਾ ਹੋਵੇ, ਤਦ ਨਹੀਂ ਪਾ ਜਾ। ਇਹ ਕੀ ਬਾਤ ਹੋਈ ਜਾਨੂ? ਹਾਂ, ਮੈਂ ਆਪਸੇ ਮਰੀ ਸੀ ਸ਼ਾਦੀ ਕਰਕੇ ਆਈ ਹੂੰ। ਮਰੀ ਸ਼ਾਦੀ ਕੀਤੀ ਭਾਜੀ ਅਸੀਂ ਦੋਵਾਂ ਨੇ, ਉੱਥੇ ਅਸੀਂ ਇੱਕ ਰਾਤ ਵਾਸਤੇ ਇਕੱਠੇ ਹੋਏ ਸਾਂ, ਸਾਡੇ ਦਿਲ ਮਿਲ ਗਏ, ਸਵੇਰੇ ਅਸੀਂ ਵਿਆਹ ਕਰ ਲਿਆ। ਹਾਂਜੀ ਜਾਨੂ, ਇਹ ਮੇਰਾ ਘਰ ਹੈ। ਇਹ ਤੁਹਾਡਾ ਘਰ ਹੈ? ਹਾਂਜੀ। ਬਿਲਕੁਲ ਠੀਕ। ਖੋ ਪਿਆ ਸਾਨੂੰ? ਨੌਕਰ ਕਿੱਧਰ ਗਿਆ? ਨੌਕਰ ਨੂੰ ਬੁਲਾਓ। ਮੁਲਾਜ਼ਮ ਯਾਰ, ਮੈਂ ਕੋਈ ਹੈ ਹੀ ਨਹੀਂ ਘਰ ਮੇ। ਜਾਨੂ ਕਮਰਾ ਕਿਹੜਾ ਖਾਲੀ ਹੈ? ਕਮਰੇ ਸਾਰੇ ਖਾਲੀ। ਆ ਜਾ ਫਿਰ ਆਪਣਾ ਕੰਮ ਜੋ। ਉੱਤਰ ਅੱਬਾ ਜੀ ਆਏ ਨਹੀਂ। ਇਹ ਕੌਣ ਹੈ? ਕਿਸੇ ਕੁੱਤੇ ਦੇ ਪੁੱਤਰਾ ਨਿਕਾਹ ਦੇ ਉੱਤੇ ਨਿਕਾਹ ਕੀਤਾ ਹੀ? ਮੈਂ ਤੈਨੂੰ ਸੰਸਾਰ ਕਰਾ ਦਿਆਂਗਾ, ਤੇਰੇ ਤੇ ਪਰਚਾ ਕਰਾਵਾਂਗਾ। ਉਹ ਮੈਨੂੰ ਪਤਾ ਹੀ ਨਹੀਂ ਉਹਨੇ ਮੇਰਾ ਵਿਆਹ ਪਹਿਲੇ ਹੋਇਆ। ਓਏ FIR ਕਰਵਾਵਾਂਗਾ, ਔਰ ਉਹ ਸਵਾਦ ਮੈਂ ਤੇ ਹਾਲੇ ਕੁਛ ਕੀਤਾ ਹੀ ਨਹੀਂ, ਹਾਲੇ ਮੈਂ ਨੇੜੇ ਵੀ ਲੱਗਾ, ਪਰ ਬਾਹਰੋਂ ਇੱਦਾਂ ਹੀ ਕਰੀ ਉਹਨੇ ਹਾਲਤ। ਮੈਂ ਇਮਾਨ ਨਾਲ ਮੈਨੂੰ ਕਸਮ ਚੁਕਾ ਲੈ, ਮੈਂ ਕੋਈ ਸ਼ੈ ਨਹੀਂ ਵੇਖੀ ਹਾਲੇ, ਹਾਲੇ ਤਿਲ ਨਹੀਂ ਇੱਥੇ ਨਿਕਲੇ, ਉਹ ਵੀ ਨਹੀਂ ਦੇਖਿਆ ਮੈਂ। ਮੈਂ ਭਾਈ ਮੈਂ ਤਿਲ ਤਾਂ ਗਿਆ, ਮੈਂ ਅੱਗੇ ਤਾਂ ਮੈਂ ਗਿਆ ਹੀ ਨਹੀਂ ਹਾਲੇ। ਬੇਟਾ ਤੇਰੇ ਤੇ ਹੋਏਗਾ ਪਰਚਾ। ਪਰਚਾ ਕਿੱਦਾਂ ਹੋਏਗਾ? ਪਰਚਾ ਤੂੰ ਨਿਕਾਹ ਦੇ ਨਿਕਾਹ ਕੀਤਾ, ਤੈਨੂੰ ਪਤਾ ਨਹੀਂ ਉਹਨੇ ਕੀਤਾ।